ਕਿ ਮਨਜੀਤ ਸਿੰਘ ਸੇਖੋਂ ਵੱਲੋਂ ਜੋ ਕਿ ਜੱਟ ਬਰਾਦਰੀਆਂ ਸੰਬੰਧਿਤ ਨੇ ਅਤੇ ਉਹਨਾਂ ਵੱਲੋਂ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਣਾਇਆ, ਉਹਨਾਂ ਦੇ ਇਲਜ਼ਾਮ ਲੱਗੇ ਨੇ ਅਤੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ, ਇਹ ਕਹਿਣਾ ਭਾਜਪਾ ਲੀਡਰ ਨਾਲ। ਅਨੁਸੂਚਿਤ ਜਾਤੀ ਦਾ ਕਥਿਤ ਜਾਲੀ ਸਰਟੀਫਿਕੇਟ ਬਣਾ ਕੇ ਸਭ ਤੋਂ ਪਹਿਲਾਂ ਉਹ ਕਹਿੰਦੇ ਜੀ ਮਿਸਤਰੀ ਲੱਗ ਗਿਆ PWD ਮਹਿਕਮੇ 'ਚ, ਫਿਰ ਮਹਿਕਮੇ ਦੀ ਕਥਿਤ ਮੂਲ ਮਿਲੀ ਭੁਗਤ ਨਾਲ JEE, ਫਿਰ ਮੁਰਥਲ ਹਰਿਆਣਾ ਤੋਂ ਜਾਲੀ ਸਿਵਲ ਇੰਜੀਨੀਅਰਿੰਗ ਦਾ ਸਰਟੀਫਿਕੇਟ ਪ੍ਰਾਪਤ ਕਰਕੇ ਕਈ ਸਾਲਾਂ ਤੋਂ ਲੋਕ ਨਿਰਮਾਣ ਮਹਿਕਮੇ ਵਿੱਚ ਕਹਿੰਦੇ ਜੀ SDO ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅਤੇ ਮੈਂ ਬਲਵਿੰਦਰ ਸਿੰਘ ਅੱਜ ਇੱਕ ਗੱਲ ਕਰਾਂਗੇ ਜੀ ਜਾਲੀ ਸਰਟੀਫਿਕੇਟ ਨੂੰ ਲੈ ਕੇ। ਤੁਹਾਨੂੰ ਦੱਸ ਦੇ ਕਿ ਮਨਜੀਤ ਸਿੰਘ ਸੇਖੋਂ ਵੱਲੋਂ ਜੋ ਕਿ ਜੱਟ ਬਰਾਦਰੀਆਂ ਸੰਬੰਧਿਤ ਨੇ ਅਤੇ ਉਹਨਾਂ ਵੱਲੋਂ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਣਾਇਆ, ਉਹਨਾਂ ਦੇ ਇਲਜ਼ਾਮ ਲੱਗੇ ਨੇ ਅਤੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ, ਕਹਿਣਾ ਭਾਜਪਾ ਲੀਡਰ ਨਾਲ। ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੱਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਾਹਿਬ। ਢਿੱਲੋਂ ਸਾਹਿਬ, ਕਿਵੇਂ ਦੇਖਦੇ ਇਸ ਮੁੱਦੇ ਨੂੰ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਕਈ ਅਜਿਹੇ ਮੁੱਦੇ ਖੜ੍ਹੇ ਹੋਏ ਸੀ ਜੀ ਇਸ ਸੰਬੰਧ ਦੇ ਵਿੱਚ? ਭਾਰਤੀ ਜਨਤਾ ਪਾਰਟੀ ਦੇ ਬਹੁਤ ਸੀਨੀਅਰ ਆਗੂ ਨੇ, ਰਿਟਾਇਰਡ IAS ਅਧਿਕਾਰੀ ਸ਼੍ਰੀ SR ਲੱਦੜ, ਉਹਨਾਂ ਨੇ ਇਹ ਮਸਲੇ ਨੂੰ ਉਠਾਇਆ ਅਤੇ ਇਹ ਮਸਲਾ ਅਜੇ ਤੱਕਰ ਸੁਣਵਾਈ ਅਧੀਨ ਚੱਲ ਰਿਹਾ। ਇਸ ਸੰਬੰਧ ਦੇ ਵਿੱਚ ਇੱਕ ਵੱਡਾ ਆਗੂ ਹੈ, ਉਹਦੇ ਉੱਤੇ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਉਹਨਾਂ ਨੇ ਅਨੁਸੂਚਿਤ ਜਾਤੀ ਦਾ ਕਥਿਤ ਜਾਲੀ ਸਰਟੀਫਿਕੇਟ ਬਣਾ ਕੇ ਸਭ ਤੋਂ ਪਹਿਲਾਂ ਉਹ ਕਹਿੰਦੇ ਜੀ ਮਿਸਤਰੀ ਲੱਗ ਗਿਆ PWD ਮਹਿਕਮੇ 'ਚ, ਫਿਰ ਮਹਿਕਮੇ ਦੀ ਕਥਿਤ ਮੂਲ ਮਿਲੀ ਭੁਗਤ ਨਾਲ JEE, ਫਿਰ ਮੁਰਥਲ ਹਰਿਆਣਾ ਤੋਂ ਜਾਲੀ ਸਿਵਲ ਇੰਜੀਨੀਅਰਿੰਗ ਦਾ ਸਰਟੀਫਿਕੇਟ ਪ੍ਰਾਪਤ ਕਰਕੇ ਕਈ ਸਾਲਾਂ ਤੋਂ ਲੋਕ ਨਿਰਮਾਣ ਮਹਿਕਮੇ ਵਿੱਚ ਕਹਿੰਦੇ ਜੀ SDO ਹੈ, ਜਦੋਂ ਕਿ ਪੰਜਾਬ ਹਾਈ ਕੋਰਟ ਨੇ, ਪੰਜਾਬ ਅਤੇ ਹਰਿਆਣਾ ਨੇ ਮੁਰਥਲ ਯੂਨੀਵਰਸਿਟੀ ਨੂੰ ਗੈਰ ਮਾਨਤਾ ਪ੍ਰਾਪਤ ਘੋਸ਼ਿਤ ਕਰਤਾ ਹੈ ਅਤੇ 5 ਸਾਲਾਂ ਤੋਂ ਪ੍ਰਿੰਸੀਪਲ ਸਕੱਤਰ ਮਹਿਕਮਾ ਕੋਈ ਕਾਰਵਾਈ ਨਹੀਂ ਕਰ ਰਿਹਾ। ਕਹਿੰਦਾ ਤੁਸੀਂ ਅੱਗੇ ਸੋਚੋ ਕਿ ਇੱਕ ਚੀਜ਼ ਹੋਰ ਵਾਪਰੀ ਹੈ, ਉਹ ਕੀ ਹੈ ਕਿ ਇਹਨਾਂ ਨੇ ਇੱਕ ਜਾਲੀ ਮਤਵੰਨਾ ਸਰਟੀਫਿਕੇਟ ਵੀ ਬਣਾ ਲਿਆ। 25 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਅਪਣਾਇਆ ਗਿਆ, ਜਦਕਿ ਅਪਣਾਉਣ ਦੀ ਉਮਰ ਹੈ ਜਿਹੜੀ ਉਹ 15 ਸਾਲ ਹੈ। ਕਲਾਸ ਵਿੱਚ 2-2 ਜਨਮ ਤਰੀਕਾਂ, 2-2। ਉਹ ਕਹਿੰਦੇ ਕਿ ਸੂਬੇ ਵਿੱਚ ਰਾਖਵਾਂ ਕਰਨ ਦਾ ਅਸੂਲਨ ਲਾਭ ਨਹੀਂ ਮਿਲ ਸਕਦਾ, ਕਿਉਂਕਿ ਰਾਖਵਾਂ ਕਰਨ ਸਿਰਫ ਰਾਜ ਦੇ ਲੋਕਾਂ ਲਈ ਹੁੰਦਾ ਹੈ, ਦੂਜਿਆਂ ਨੂੰ ਨਹੀਂ ਮਿਲਦਾ। ਬਾਹਰਲੇ ਸੂਬੇ ਦਾ ਵਸਨੀਕ ਜਾਂ ਵਾਰਸ ਅਜਿਹਾ ਲਾਭ ਨਹੀਂ ਲੈ ਸਕਦਾ। ਉਹਨਾਂ ਨੇ ਅਨੁਸੂਚਿਤ ਜਾਤੀ ਸਰਟੀਫਿਕੇਟ ਵਿੱਚ ਦੀ ਵਾਲਮੀਕੀ ਭਾਈਚਾਰੇ ਦਾ ਬਣਾਇਆ, ਜਦੋਂ ਕਿ ਮ੍ਰਿਤਕ ਮਧਵੰਨਾ UP ਦੇ ਵਿੱਚ ਉਹ ਰਮਦਾਸੀਆ ਜਾਤੀ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ। ਅਤੇ ਲਗਾਤਾਰਤਾ ਦੇ ਵਿੱਚ ਉਹ ਕਹਿੰਦੇ ਕਿ ਇਹ ਮਹਿਕਮੇ ਦੇ ਅੱਖਾਂ 'ਚ ਘੱਟਾ ਪਾ ਰਿਹਾ। ਇਸ ਸੰਬੰਧ ਦੇ ਵਿੱਚ ਕਹਿੰਦੇ ਵਿਜੀਲੈਂਸ ਸੈੱਲ ਨੇ ਪੜਤਾਲ ਕਰਕੇ ਫੈਸਲਾ ਲੈਣ ਲਈ ਫਾਈਲ ਸਕਰੂਟਨੀ ਕਮੇਟੀ ਨੂੰ ਭੇਜ ਦਿੱਤੀ, ਪਰ ਇੱਕ ਡਾਇਰੈਕਟਰ ਲੈਵਲ ਦਾ ਕਥਿਤ ਰੂਪ ਦੇ ਵਿੱਚ
ਉਹਦੇ ਦੋਸ਼ ਨੇ ਕਈ ਕਿਸਮ ਦੇ ਵਿੱਚ ਭ੍ਰਿਸ਼ਟਾਚਾਰ ਦੇ ਵੀ ਲਾਏ ਨੇ। ਉਹ ਕਹਿੰਦੇ ਸ਼ਿਕਾਇਤ ਹੀ ਫਾਈਲ ਕਰ ਦਿੱਤਾ, ਫਿਰ ਦੁਬਾਰਾ ਕੇਸ ਖੁਲਾਇਆ ਅਤੇ ਫਿਰ ਵੀ ਕਹਿੰਦੇ ਇਹ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ। ਪਹਿਲਾਂ ਇਹਦੀ ਤਰੀਕ ਸੀ 7 ਨਵੰਬਰ, ਫਿਰ 12 ਨਵੰਬਰ ਪੈ ਗਈ, ਫਿਰ 14 ਨਵੰਬਰ। ਇਹਦੇ ਉੱਤੇ ਵੀ ਕਹਿੰਦੇ ਉਹ ਸਮੇਂ ਸਿਰ ਪੇਸ਼ ਨਹੀਂ ਹੋਏ। ਇਸ ਸੰਬੰਧ ਦੇ ਵਿੱਚ ਅਸੀਂ ਸੰਬੰਧਿਤ ਵਿਅਕਤੀ ਤੋਂ ਵੀ ਪੱਖ ਜਾਣਨ ਦਾ ਯਤਨ ਕੀਤਾ ਪਰ ਸੰਪਰਕ ਨਹੀਂ ਬਣ ਸਕਿਆ। ਉਹ ਖੁਦ ਸਮਝ ਜਾਣਗੇ ਕਿ ਕਿਹਦੀ ਗੱਲ ਹੋ ਰਹੀ ਹੈ, ਪਰ ਐੱਸ ਆਰ ਲੱਦਰ ਸਾਹਿਬ ਇਸ ਮਾਮਲੇ 'ਚ ਜਿਨ੍ਹਾਂ ਨੇ ਜਾਣਕਾਰੀ ਮੀਡੀਆ ਨੂੰ ਦੱਸੀ ਹੈ ਉਹਨਾਂ ਦੇ ਮੁਤਾਬਕ ਇਹ ਜਾਲੀ ਫਾਇਦੇ ਲੋਕ ਲੈ ਰਹੇ ਨੇ। ਹੁਣ ਅਗਲੀ ਤਰੀਕ 'ਤੇ ਕੀ ਬਣਦਾ ਸਮਾਂ ਦੱਸੇਗਾ ਜੀ। ਸੋ ਹੁਣ ਵੇਖਣਾ ਹੋਵੇਗਾ ਅਗਲੀ ਕਾਰਵਾਈ ਵਿਜੀਲੈਂਸ ਵੱਲੋਂ ਕੀ ਕੀਤੀ ਜਾਂਦੀ ਹੈ। ਧੰਨਵਾਦ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ 'ਤੇ ਜ਼ਬਰ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ 'ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ, ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।